ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਸਾਬਕਾ ਮੰਤਰੀਆਂ ਤੋਂ ਮੰਗੇ ਸਪਸ਼ਟੀਕਰਨ ਦੀ ਚਿੱਠੀ ਜਨਤਕ ਹੋਈ ਹੈ। ਸਾਬਕਾ ਅਕਾਲੀ ਮੰਤਰੀਆਂ ਨੂੰ ਭੇਜੀ ਗਈ ਚਿੱਠੀ ਜਨਤਕ ਹੋਈ ਹੈ। 2007 ਤੋਂ ਲੈ ਕੇ 2017 ਦੇ ਦੌਰਾਨ ਰਹੇ ਮੰਤਰੀਆਂ ਤੋਂ ਸਪਸ਼ਟੀਕਰਨ ਮੰਗਿਆ ਗਿਆ ਹੈ ਤਾਂ 15 ਦਿਨ ਦੇ ਅੰਦਰ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਦੇ ਲਈ ਕਿਹਾ ਗਿਆ ਤਾਂ 31 ਅਗਸਤ ਨੂੰ ਸਾਬਕਾ ਅਕਾਲੀ ਮੰਤਰੀਆਂ ਨੂੰ ਭੇਜੀ ਗਈ ਸੀ ਚਿੱਠੀ। ਦੱਸ ਦਈਏ ਕਿ ਜਿਸ ਦਿਨ ਫੈਸਲਾ ਸੁਣਾਇਆ ਗਿਆ ਸੀ ਸੁਖਬੀਰ ਬਾਦਲ ਨੂੰ ਲੈ ਕੇ, ਉਸ ਦਿਨ ਇਹ ਚਿੱਠੀ ਭੇਜੀ ਗਈ ਸੀ ਔਰ ਕਿਹਾ ਗਿਆ ਸੀ ਕਿ ਸਪਸ਼ਟੀਕਰਨ ਦਿੱਤਾ ਜਾਵੇ। ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋ ਚੁੱਕੇ ਨੇ। 3 ਸਾਬਕਾ ਮੰਤਰੀ ਡਾਕਟਰ ਦਲਜੀਤ ਚੀਮਾ, ਗੁਲਜ਼ਾਰ ਸਿੰਘ ਰਣੀਕੇ ਅਤੇ ਸ਼ਰਨਜੀਤ ਢਿੱਲੋਂ ਵੀ ਪੇਸ਼ ਹੋਏ ਸਨ ਤਾਂ ਬਾਕੀ ਜਿਹੜੇ ਅਕਾਲੀ ਮੰਤਰੀਆਂ ਨੂੰ ਵੀ 15 ਦਿਨ ਦੇ ਅੰਦਰ ਪੇਸ਼ ਹੋਣ ਦੇ ਲਈ ਕਿਹਾ ਗਿਆ ਹੈ। ਤਾਂ ਸਾਬਕਾ ਮੰਤਰੀਆਂ ਦੇ ਵਿੱਚ ਆਦੇਸ਼ ਪ੍ਰਤਾਪ ਸਿੰਘ ਕੈਰੋ ਨੇ, ਉਹਨਾਂ ਨੂੰ ਵੀ ਦੱਸ ਦਈਏ ਕਿ ਪਾਰਟੀ ਦੇ ਵੱਲੋਂ ਬਾਹਰ ਕਰ ਦਿੱਤਾ ਗਿਆ ਸੀ। ਡਾਕਟਰ ਉਪਿੰਦਰਜੀਤ ਕੌਰ ਨੇ, ਪਰਮਿੰਦਰ ਸਿੰਘ ਨੇ, ਸੁੱਚਾ ਸਿੰਘ ਲੰਗਾ, ਜਨਮੇਜਾ ਸਿੰਘ ਸੇਖੋਂ, ਹੀਰਾ ਸਿੰਘ, ਸਰਵਨ ਸਿੰਘ ਫਲੌਰ, ਮੋਹਨ ਸਿੰਘ, ਸੋਹਨ ਸਿੰਘ ਖੰਡਲ, ਸਿਕੰਦਰ ਸਿੰਘ ਮਲੂਕਾ, ਬੀਬੀ ਜਗੀਰ ਕੌਰ, ਵਿਕਰਮ ਮਜੀਠੀਆ, ਮਨਪ੍ਰੀਤ ਸਿੰਘ ਬਾਦਲ, ਸੁਰਜੀਤ ਸਿੰਘ ਰੱਖੜਾ ਅਤੇ ਮਹੇਸ਼ ਇੰਦਰ ਗਰੇਵਾਲ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ ਹੈ। ਤਾਂ ਹੁਣ ਇਹ ਚਿੱਠੀ ਜਿਹੜੀ ਹੈ ਉਹ ਜਨਤਕ ਹੋਈ ਹੈ ਔਰ ਇਸ ਦੇ ਵਿੱਚ ਨਾ ਸਾਰੇ ਸਾਹਮਣੇ ਆਏ ਨੇ ਔਰ ਯਾਨੀ ਕਿ ਪੂਰੀ ਡਿਟੇਲ ਇਸ ਚਿੱਠੀ ਦੇ ਵਿੱਚ ਲਿਖੀ ਗਈ ਹੈ ਕਿਉਂਕਿ ਉਸ ਸਮੇਂ ਜਿਹੜੀਆਂ ਗਲਤੀਆਂ ਜਿਹੜੀਆਂ ਖੀਮਾਂ ਹੋਈਆਂ ਨੇ ਕਿਉਂਕਿ ਉਸ ਨੂੰ ਲੈ ਕੇ ਹੀ ਸਪਸ਼ਟੀਕਰਨ ਮੰਗਿਆ ਗਿਆ ਸੀ, ਉਸ ਨੂੰ ਲੈ ਕੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਦੱਸ ਦਈਏ ਕਿ ਆਦੇਸ਼ ਦਿੱਤੇ ਗਏ ਸਨ। ਜਥੇਦਾਰ ਪੰਜ ਸਿੰਘ ਸਾਹਿਬਾਨਾ ਦੇ ਵੱਲੋਂ ਇਹ ਆਦੇਸ਼ ਸੁਣਾਏ ਗਏ ਸਨ ਔਰ ਉਹਨਾਂ ਨੇ ਸਾਫ਼ ਤੌਰ 'ਤੇ ਹੁਕਮ ਲਗਾਇਆ ਸੀ ਕਿ ਜਿਹੜਾ ਸਪਸ਼ਟੀਕਰਨ ਹੈ ਉਸ ਸਮੇਂ ਦੇ ਰਹਿੰਦੇ ਜਿਹੜੇ ਮੰਤਰੀ ਨੇ ਉਸ ਸਮੇਂ ਰਹੇ ਨੇ 2007 ਤੋਂ ਲੈ ਕੇ 2017 ਤੱਕ, ਭਾਵੇਂ ਕੋਈ 6 ਮਹੀਨੇ ਦਾ ਕਾਰਜਕਾਲ ਜਿਸਨੇ ਭੁਗਤਾਇਆ ਹੋਵੇ ਜਾਂ ਫਿਰ ਪੂਰਾ 5 ਸਾਲ ਕੀਤਾ ਹੋਵੇ ਤਾਂ ਸਾਰਿਆਂ ਦਾ ਸਪਸ਼ਟੀਕਰਨ ਮੰਗਿਆ ਗਿਆ ਸੀ। ਤਾਂ ਰਾਜੀਵ ਸ਼ਰਮਾ ਨੇ ਮੇਰੇ ਸਹਿਯੋਗੀ ਫੋਨ ਲਾਈਨ 'ਤੇ, ਰਾਜੀਵ ਇਹ ਚਿੱਠੀ ਜਨਤਕ ਹੋਈ ਹੈ ਕਿ ਕੁਝ ਤੁਹਾਡੇ ਕੋਲ ਪੂਰੀ ਜਾਣਕਾਰੀ? ਬਿਲਕੁਲ ਗੁਰਜੋਤ, ਜਦੋਂ 31 ਅਗਸਤ ਨੂੰ ਅਕਾਲ ਤਖ਼ਤ ਸਾਹਿਬ ਦੀ ਫਸੀਲ ਦੇ ਉੱਤੋਂ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀ ਤਾਂ ਉਸ ਤੋਂ ਬਾਅਦ ਇੱਕ ਪ੍ਰਕਿਰਿਆ ਹੁੰਦੀ ਹੈ ਕਿ ਲਿਖਤੀ ਰੂਪ ਦੇ ਵਿੱਚ ਵੀ ਜਿਸ ਵੀ ਸ਼ਖਸ ਦੇ ਉੱਤੇ ਕੋਈ ਇਲਜ਼ਾਮ ਲੱਗਦਾ ਤਾਂ ਉਸ ਨੂੰ ਲਿਖਤੀ ਰੂਪ ਦੇ ਵਿੱਚ ਹੁਕਮਨਾਮੇ ਦੀ ਜਿਹੜੀ ਕਾਪੀ ਭੇਜੀ ਜਾਂਦੀ ਹੈ ਔਰ ਜਿਹੜੀ ਚਿੱਠੀ ਹੁਣ ਸਾਹਮਣੇ ਆਈ ਹੈ ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸ਼ੁਰੂ ਦੇ ਵਿੱਚ ਉਪਿੰਦਰਜੀਤ ਕੌਰ ਜਿਹੜੇ ਕਿ ਉਸ ਵੇਲੇ ਮੰਤਰੀ ਰਹੇ ਨੇ ਤਾਂ ਤਮਾਮ, ਕਿਉਂਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਜਿਹੜੇ ਜਿਹੜੇ ਵੀ ਲੋਕ ਜਿਹੜੇ ਸਾਬਕਾ ਮੰਤਰੀ ਰਹਿ ਚੁੱਕੇ ਨੇ ਔਰ ਸਿੱਖ ਮੰਤਰੀ, ਸਿਰਫ ਉਹਨਾਂ ਨੂੰ ਹੀ ਬੁਲਾਇਆ ਗਿਆ ਸੀ। ਹਾਲਾਂਕਿ ਮਹੇਸ਼ ਇੰਦਰ ਗਰੇਵਾਲ ਜਿਹੜੇ ਨੇ ਉਹ ਵੀ ਜਿਸ ਦਿਨ ਸੁਖਬੀਰ ਬਾਦਲ ਉੱਥੇ ਪਹੁੰਚੇ ਨੇ ਤਾਂ ਉਹਨਾਂ ਦੇ ਨਾਲ ਨਜ਼ਰ ਆਏ ਸੀ, ਯਾਨੀ ਕਿ 4 ਜਿਹੜੇ ਸਾਬਕਾ ਮੰਤਰੀ ਨੇ ਉਹ ਹੁਣ ਤੱਕ ਆਪਣਾ ਸਪਸ਼ਟੀਕਰਨ ਜਿਹੜਾ ਹੈ ਉਹ ਲਿਖਤੀ ਰੂਪ ਦੇ ਵਿੱਚ ਦੇ ਚੁੱਕੇ ਨੇ ਔਰ ਜ਼ਿਆਦਾਤਰ ਜਿਹੜੇ ਇਸ ਚਿੱਠੀ ਦੇ ਵਿੱਚ ਨਾਮ ਨੇ ਉਹਨਾਂ ਦੇ ਵਿੱਚੋਂ ਕੁੱਝ ਲੋਕ ਜਿਹੜੇ ਨੇ ਉਹਨਾਂ ਨੂੰ ਅਕਾਲੀ ਦਲ ਤੋਂ ਬਾਹਰ ਕਰ ਦਿੱਤਾ ਗਿਆ, ਬਾਕੀ ਧੜੇ ਦੇ ਨਾਲ ਸੰਬੰਧਿਤ ਨੇ ਤਾਂ ਹੁਣ ਇਹ ਸਾਰੇ ਲੋਕ ਕਦੋਂ ਆਪਣਾ ਸਪਸ਼ਟੀਕਰਨ ਦਿੰਦੇ ਨੇ ਕਿਉਂਕਿ 15 ਦਿਨਾਂ ਦਾ ਸਮਾਂ ਜਿਹੜਾ ਦਿੱਤਾ ਗਿਆ ਸੀ 31 ਅਗਸਤ ਦੀ ਇਹ ਚਿੱਠੀ ਔਰ 31 ਅਗਸਤ ਤੋਂ ਬਾਅਦ ਜਿਹੜੇ 14 ਤਰੀਕ ਨੂੰ ਜਿਹੜੇ 15 ਦਿਨ ਪੂਰੇ ਹੋਣੇ ਨੇ ਤਾਂ ਉਸ ਤੋਂ ਪਹਿਲਾਂ ਇਹਨਾਂ ਸਾਰੇ ਤਮਾਮ ਆਗੂਆਂ ਨੂੰ ਆ ਕੇ ਆਪਣਾ ਸਪਸ਼ਟੀਕਰਨ ਜਿਹੜਾ ਹੈ ਉਹ ਲਾਜ਼ਮੀ ਦੇਣਾ ਹੋਏਗਾ। ਜੇਕਰ ਉਹ ਸਪਸ਼ਟੀਕਰਨ ਨਹੀਂ ਦਿੰਦੇ ਤਾਂ ਅੱਗੇ ਜਿਹੜੀ ਕਾਰਵਾਈ ਹੈ ਉਹ ਅਕਾਲ ਤਖ਼ਤ ਸਾਹਿਬ ਵੱਲੋਂ ਕੀਤੀ ਜਾ ਸਕਦੀ ਹੈ, ਇਹਨਾਂ ਨੂੰ ਪੰਥ ਦੇ ਵਿੱਚੋਂ ਛੇਕਣ ਤੱਕ ਦੀ ਜਿਹੜੀ ਕਾਰਵਾਈ ਹੈ ਉਹ ਹੋ ਸਕਦੀ ਹੈ। ਤਾਂ ਜਿਸ ਚਿੱਠੀ ਦਾ ਅਸੀਂ ਹੁਣ ਜ਼ਿਕਰ ਕਰ ਰਹੇ ਹਾਂ ਇਸ ਦੇ ਵਿੱਚ ਤਮਾਮ ਜਿਹੜੇ ਨਾਮ ਨੇ, ਚਾਹੇ ਉਹ ਪਰਮਿੰਦਰ ਸਿੰਘ ਢੀਂਡਸਾ ਹੋਣ, ਗੁਲਜ਼ਾਰ ਸਿੰਘ ਰਣੀਕੇ ਤਾਂ ਪਹਿਲਾਂ ਹੀ ਪੇਸ਼ ਹੋ ਚੁੱਕੇ ਨੇ, ਜਨਮੇਜਾ ਸਿੰਘ ਸੇਖੋਂ, ਤਾਂ ਤਮਾਮ ਇਹ ਮੰਤਰੀ ਨੇ ਜਿਨ੍ਹਾਂ ਦੇ ਨਾਮ ਹੁਣ ਜਨਤਕ ਹੋਏ ਨੇ ਔਰ ਇਹ ਕਦੋਂ ਆ ਕੇ ਆਪਣਾ ਸਪਸ਼ਟੀਕਰਨ ਦਿੰਦੇ ਨੇ ਇਸ ਦੇ ਉੱਤੇ ਹੁਣ ਹਰ ਕਿਸੇ ਦੀ ਨਜ਼ਰ ਜਿਹੜੀ ਉਹ ਬਣੀ ਹੋਈ ਹੈ। ਜੀ ਬਿਲਕੁਲ, ਇਸ ਚਿੱਠੀ ਦਾ ਜ਼ਿਕਰ ਕੀਤਾ ਜਾਵੇ ਰਾਜੀਵ, ਤਾਂ ਇਸ ਦੇ ਵਿੱਚ ਨਾਂ ਨੇ ਔਰ ਇਹੀ ਕਿਹਾ ਗਿਆ ਹੈ ਕਿ ਪੇਸ਼ ਹੋਣਾ ਹੈ 15 ਦਿਨ ਦੇ ਅੰਦਰ। ਬਹੁਤ ਬਹੁਤ ਸ਼ੁਕਰੀਆ ਰਾਜੀਵ, ਤਮਾਮ ਜਾਣਕਾਰੀ ਲਈ ਧੰਨਵਾਦ ਹੈ।
ਕੁੱਲ ਮਿਲਾ ਕੇ ਚਿੱਠੀ ਜਿਹੜੀ ਹੈ ਹੁਣ ਜਨਤਕ ਹੋਈ ਆ। ਦੇਖਣਾ ਹੋਏਗਾ ਕਿ ਜਿਹੜੇ ਬਾਕੀ ਦੇ ਜ਼ਿਆਦਾਤਰ, ਕਿਉਂਕਿ ਅਜੇ ਉਸ ਸਮੇਂ ਦੇ ਮੰਤਰੀ ਰਹਿੰਦੇ ਨੇ ਜਿਨ੍ਹਾਂ ਨੇ ਜਵਾਬ ਆਪਣਾ ਦੇਣਾ ਹੈ ਸ਼੍ਰੀ ਅਕਾਲ ਤਖ਼ਤ ਸਾਹਿਬ।